ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੇ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਤੁਹਾਨੂੰ ਰਿਕੁਐਸਟ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋ ਸਕੇ ਜੀ ਜੇਕਰ ਪਹਿਲੀ ਵਾਰੀ ਚੈਨਲ ਤੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਨਾ ਨਾਲ ਘੰਟੀ ਵਾਲਾ ਬਟਨ ਵੀ ਨੱਪਣਾ ਤਾਂ ਜੋ ਤੁਹਾਨੂੰ ਸਾਡੇ ਵੱਲੋਂ ਭੇਜੀ ਗਈ ਹਰ ਵੀਡੀਓ ਦਾ ਨੋਟਿਸ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸੋ ਵੀਡੀਓ ਨੂੰ ਹੁਣੇ ਹੀ ਲਾਈਕ ਕਰ ਦਿਓ ਜੀ ਆਪਾਂ 5000 ਦਾ ਲਾਈਕ ਇਸ ਵੀਡੀਓ ਦੇ ਰੱਖਦੇ ਆ ਸੋ ਸ਼ੁਰੂਆਤ ਕਰਦੇ ਆ ਜੀ ਸੈਰ ਸਪਾਟੇ ਦੇ ਲਈ ਵਿਦੇਸ਼ਾਂ ਦੇ ਵਿੱਚ ਗਏ ਭਾਰਤੀ ਲਾਕਡਾਊਨ ਦੇ ਕਾਰਨ ਕਸੂਤੇ ਫਸੇ ਸੋ ਭਾਰਤ ਸਰਕਾਰ ਦੇ ਵੱਲੋਂ ਵਦੇਸ਼ ਦੇ ਵਿੱਚ ਸੈਰ ਸਪਟਾ ਕਰਨ ਕਰਨ ਗਏ ਭਾਰਤੀ ਨਾਗਰਿਕ ਵਤਨ ਵਾਪਸੀ ਦੀ ਸ਼ੁਰੂ ਕੀਤੀ ਗਈ ਚਾਰਜਾਈ ਦੀ ਸੁਸਤ ਰਫ਼ਤਾਰ ਉੱਥੇ اٹਕੇ ਭਾਰਤੀ ਨਾਗਰਿਕਾਂ ਨੂੰ ਹੋਰ ਮਯੂਸ ਕਰ ਰਹੀ ਹੈ ਤੇ ਵਿਦੇਸ਼ਾਂ ਦੇ ਵਿੱਚ 22 ਮਾਰਚ ਤੋਂ ਵਤਨ ਵਾਪਸੀ ਦੇ ਲਈ ਤਰਲੋ ਮੱਚੀ ਹੋ ਰਹੀ ਹੈ ਭਾਰਤੀਆਂ ਨੂੰ ਹਾਲੇ ਹੋਰ ਲੰਮਾ ਸਮਾਂ ਆਪਣੇ ਵਤਨ ਦੀ ਵਾਪਸੀ ਦੇ ਲਈ ਇੰਤਜ਼ਾਰ ਕਰਨਾ ਪਵੇਗਾ ਸੋ ਪੰਜਾਬ ਸਰਕਾਰ ਨੇ ਆਪਣੇ डीसीਜ਼ ਨੂੰ ਇੱਕ ਪੱਤਰ ਲਿਖ ਕੇ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਅੰਕੜੇ ਜੁਤਾਨ ਦੇ ਬਾਰੇ ਜਾਰੀ ਹੁਕਮ ਕੀਤੇ ਹਨ ਤੇ ਇਸ ਦੇ ਲਈ ਰਾਜਧਾਨੀ ਦੇ ਇੱਕ ਸਰਕਾਰੀ ਆਧਾਰੇ ਵਿੱਚ ਸਿੱਧੇ ਹੀ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਕੇਂਦਰੀ ਜੇਲ੍ਹ ਦੇ ਵਿੱਚ ਚੈਕਿੰਗ ਦੌਰਾਨ 5 ਮੋਬਾਈਲ ਫੋਨ ਬਰਾਮਦ ਸੋ ਅੰਮ੍ਰਿਤਸਰ ਤੋਂ ਇਹ ਖਬਰ ਆ ਰਹੀ ਆ ਜਿ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚ ਕੀਤੀ ਗਈ ਚੈਕਿੰਗ ਦੇ ਦੌਰਾਨ 5 ਮੋਬਾਈਲ ਫੋਨ ਬਰਾਮਦ ਹੋਣ ਦਾ ਦੋਸ਼ ਵਿੱਚ ਠਾਣਾ ਇਸਲਾਮਾਬਾਦ ਦੀ ਪੁਲਿਸ ਦੇ ਵੱਲੋਂ ਜੇਲ੍ਹ ਦੇ ਵਿੱਚ ਪਹਿਲਾਂ ਤੋਂ ਬੰਦ ਪੰਜ ਦਰੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਕੇਂਦਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 4 ਅਤੇ ਕਮਰਾ ਨੰਬਰ 3 ਦੇ ਵਿੱਚੋਂ ਸੁਰਖਾ ਸੁਖਰਾਜ ਸਿੰਘ ਉਰਫ ਰਾਜਾ ਸੁਲਤਾਨ ਸਿੰਘ ਵਾਸੀ ਈਸਾਪੁਰ ਚੱਕੀ ਨੰਬਰ 8 ਵਿੱਚ ਅਨਕੂਲ ਕੁਮਾਰ ਖੱਤਰੀ ਅਤੇ ਜਗਮੀਤ ਸਿੰਘ ਉਰਫ ਜੱਗੀ ਆਦ ਦੇ ਕੋਲੋਂ ਮੋਬਾਈਲ ਫੋਨ ਅਤੇ ਚਾਰਜਰ ਕਾਬੂ ਕੀਤੇ ਗਏ ਹਨ ਅਤੇ ਇਹਨਾਂ ਦੇ ਵਿਰੁੱਧ ਹੁਣ ਕਾਰਵਾਈ ਵੀ ਕੀਤੀ ਜਾਵੇਗੀ। ਸੋ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਚੋਂ 1500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਆ ਜੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 934 ਲੋਕਾਂ ਦੀ ਮੌਤ ਹੋ ਗਈ ਹੈ ਜੀ ਉੱਥੇ ਹੀ 29000 440 ਦੇ ਕਰੀਬ ਮਾਮਲੇ ਸਾਹਮਣੇ ਆ ਗਏ ਹਨ ਜੀ ਰਿਪੋਰਟ ਅਨੁਸਾਰ ਕਰੋਨਾ ਵਾਇਰਸ ਕਾਰਨ ਭਾਰਤ ਵਿੱਚ ਹੁਣ ਤੱਕ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ ਜੀ ਇਸ ਦੌਰਾਨ 62 ਲੋਕਾਂ ਦੀ ਮੌਤ ਹੋ ਗਈ ਤੇ 1545 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਜੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਵਾਪਸ ਆਉਣ ਵਾਲੇ ਸ਼ਰਦਾਲੂ ਹੁਣ ਸਿੱਧਾ ਨਹੀਂ ਜਾਣਗੇ ਘਰ ਜੀਐਸ ਪੰਨੂ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲਾ ਕੋਈ ਵੀ ਸ਼ਰਦਾਲੂ ਹੁਣ ਸਿੱਧਾ ਘਰ ਨਹੀਂ ਪੇਜਿਆ ਜਾਵੇਗਾ ਤੇ ਆਪਣੇ ਸ਼ਹਿਰ ਪੁੱਜਣ ਦੇ ਸਮੇਂ 14 ਦਿਨ ਇਕਾਂਤ ਵਾਸ ਦੇ ਵਿੱਚ ਰਹਿ ਕੇ ਘਰ ਜਾਣ ਦੀ ਇਜਾਜ਼ਤ ਹੋਵੇਗੀ ਪਹਿਲਾਂ ਉਹਨਾਂ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖ ਕੇ ਕੋਵਿਡ ਸੈਂਪਲ ਲਏ ਜਾਣਗੇ ਜਿਸ ਦੀ ਸਿਹਤ ਦੀ ਨਿਗਰਾਨੀ ਟੀਮਾਂ ਸਿਹਤ ਨਿਗਰਾਨ ਟੀਮਾਂ ਕਰਨਗੀਆਂ ਤੇ ਪੰਜਾਬ ਸਰਕਾਰ ਨੇ ਤਰਨਤਾਰਨ ਦੇ ਵਿਖੇ ਪੁੱਜੇ ਪੰਜ ਸ਼ਰਦਾਲਵਾਂ ਦੇ ਜਥੇ ਦੇ ਵਿੱਚੋਂ ਪੰਜ ਦੇ ਕੋਵਿਡ ਪੋਜ਼ਿਟਿਵ ਆਉਣ ਦੇ ਉਪਰੰਤ ਇਹ ਫੈਸਲਾ ਲਿਆ ਉਸ ਤੋਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਦੋ ਨੂੰ ਛੱਡ ਕੇ ਸਾਰੇ ਸੀਐਮਐਸ ਨੇ ਦਿੱਤੇ ਪੀਐਮ ਮੋਦੀ ਨੂੰ ਲਾਕਡਾਊਨ ਖਤਮ ਕਰਨ ਦੇ ਸੁਝਾਅ ਸੋ ਵੱਡੀ ਖਬਰ ਆ ਰਹੀ ਹੈ ਜੀ ਕੋਰੋਨਾ ਸੰਕਟ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰencing ਦੇ ਰਾਹੀਂ ਇੱਕ ਵਾਰ ਫਿਰ ਮੁੱਖ ਮੰਤਰੀਆਂ ਨਾਲ ਲਾਕਡਾਊਨ ਨੂੰ ਲੈ ਕੇ ਚਰਚਾ ਕੀਤੀ ਸੀ ਜੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਮੈਗਾਹਾਲਿਆ ਨੂੰ ਛੱਡ ਕੇ ਸਾਰੇ ਰਾਜਾਂ ਨੇ ਲੋਕਡਾਊਨ ਖਤਮ ਕਰਨ ਦੀ ਸਲਾਹ ਦਿੱਤੀ ਹੈ ਜੀ ਤੇ ਵਾਇਰਸ ਕਾਰਨ ਲਾਗੂ ਕੀਤੇ ਗਏ ਲੋਕਡਾਊਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਮੁੱਖ ਮੰਤਰੀਆਂ ਦੇ ਨਾਲ ਤੀਜੀ ਵੀਡੀਓ ਕਾਨਫਰੈਂਸਿੰਗ ਸੀ ਤੇ ਮੀਟਿੰਗ ਦੇ ਵਿੱਚ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਹੋਈ ਇੱਕ ਤਾਂ ਰਾਜਾਂ 'ਚ ਕੋਰੋਨਾ ਦੀ ਲਾਗ ਫੈਲਣ ਤੋਂ ਮੌਜੂਦਾ ਸਥਿਤੀ ਤੇ ਰੋਕਥਾਮ ਦੇ ਲਈ ਕੀਤੇ ਜਾ ਰਹੇ ਯਤਨ 20 April ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤੀਆਂ ਗਈਆਂ ਛੂਟਾ ਲਾਗੂ ਕਰਨ ਬਾਰੇ ਰਾਜਾਂ ਦੀ ਫੀਡਬੈਕ ਅਤੇ 3 May, 3 May ਤੋਂ ਬਾਅਦ ਲੋਕਡਾਊਨ ਦੇ ਬਾਰੇ ਕੀ ਰਣਨੀਤੀ ਹੋਵੇ ਸੋ ਦੇਸ਼ ਦੇ ਵਿੱਚ ਕਰੋਨਾ ਦੀ ਸੰਕਟ ਦੀ ਸ਼ੁਰੂਆਤ ਤੋਂ ਬਾਅਦ 22 March ਤੋਂ ਹੁਣ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ 4 ਵਾਰ ਵੀਡੀਓ ਕਾਨਫਰencing ਦੀ ਮੀਟਿੰਗ ਕਰ ਲਈ ਹੈ ਸੋ ਇਸ ਤੋਂ ਇਲਾਵਾ ਜੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਏ ਜੀ ਤੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ 19ਵੀਂ ਮੌਤ ਜੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਰੋਨੇ ਨੇ ਦਸਤਕ ਦੇ ਦਿੱਤੀ ਹੈ ਤੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ ਇੱਕ ਕੇਸ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਸੀ ਪਰ ਅਚਾਨਕ ਕੱਲ ਰਾਤ 5 ਕੇਸ ਪੋਜ਼ਿਟਿਵ ਆ ਗਏ ਜਿਸ ਦੇ ਕਾਰਨ ਇਹ ਜ਼ਿਲ੍ਹਾ ਵੀ ਗ੍ਰੀਨ ਜ਼ੋਨ ਤੋਂ ਬਾਹਰ ਹੋ ਗਿਆ ਹੁਣ ਸੂਬੇ ਦੇ ਵਿੱਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 230 ਹੋ ਗਈ ਹੈ ਜੀ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਵਿੱਚ ਵੀ ਪਹਿਲੀ ਮੌਤ ਹੋ ਗਈ ਹੈ ਜੀ ਜੋ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ 19ਵੀਂ ਮੌਤ ਹੈ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਜਵਾਹਰਪੁਰ ਤੋਂ ਜਿੱਥੇ ਕਰੋਨਾ ਦਾ ਇੱਕ ਹੋਰ ਮਰੀਜ਼ ਜਿਸ ਦੀ ਪੁਸ਼ਟੀ ਹੋ ਗਈ ਹੈ ਜੀ ਜ਼ਿਲ੍ਹਾ ਐਸ ਐਸ ਨਗਰ ਦੇ ਅੰਦਰ ਕਰੋਨਾ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ ਜੀ ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਵਧ ਕੇ 64 ਹੋ ਗਈ ਹੈ ਇਸ ਦੇ ਸਬੰਧੀ ਪੁਸ਼ਟੀ ਕਰਦਿਆਂ ਡਾਕਟਰ ਹਰਮਨ ਬਰਾੜ ਨੇ ਦੱਸਿਆ ਕਿ ਨਵਾਂ ਮਰੀਜ਼ ਪਿੰਡ ਜਵਾਹਰਪੁਰ ਦਾ ਰਹਿਣ ਵਾਲਾ ਤੇ ਜਿਸ ਨੂੰ ਮਿਲਾ ਕੇ ਇਕੱਲੇ ਜਵਾਹਰਪੁਰ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 39 ਹੋ ਗਈ ਆ। ਸੋ ਉਸ ਤੋਂ ਬਾਅਦ ਜੀ ਨਿਹੰਗ ਸਿੰਘਾਂ ਦੇ ਹਮਲੇ ਦਾ ਸ਼ਿਕਾਰ ਹੋਏ ਐਸਆਈ ਹਰਜੀਤ ਸਿੰਘ ਦੇ ਹੱਥ ਦੇ ਵਿੱਚ ਹਲਚਲ ਸ਼ੁਰੂ ਸੋ ਵੱਡੀ ਸਬਜ਼ੀ ਮੰਡੀ ਸਨੌਰ ਰੋਡ ਪਟਿਆਲਾ ਦੇ ਵਿਖੇ 2 ਹਫ਼ਤੇ ਪਹਿਲਾਂ ਨੇ ਹੰਗਾਂ ਦੇ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦਾ ਹੱਥ ਬਾਹਾਂ ਤੋਂ ਅਲੱਗ ਕਰ ਦਿੱਤਾ ਸੀ ਤੇ ਏਐਸਆਈ ਹਰਜੀਤ ਸਿੰਘ ਦਾ ਹੱਥ ਉਸ ਤੋਂ ਬਾਅਦ ਉਸ ਨੂੰ ਜੋੜਨ ਦੇ ਵਾਸਤੇ ਆਪਰੇਸ਼ਨ ਦੇ ਵਾਸਤੇ ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਤੋਂ ਬਾਅਦ ਬਾਹਾਂ ਨੂੰ ਜੋੜ ਦਿੱਤਾ ਗਿਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਵੀਡੀਓ ਟਵਿੱਟਰ ਦੇ ਰਾਹੀਂ ਸ਼ੇਅਰ ਵੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਹਿੱਲ-ਜੋਲ ਆ ਉਹ ਸ਼ੁਰੂ ਹੋ ਗਈ ਆ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਲਾਕਡਾਊਨ ਅਰਥਵਿਵਸਥਾ ਨੂੰ ਲੱਗੇਗਾ 10 ਲੱਖ ਕਰੋੜ ਦਾ ਝਟਕਾ ਪ੍ਰਤੀ ਵਿਅਕਤੀ 7000 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜੀ ਸੋ ਬਾਇਰਸ ਦੀ ਮਹਾਮਾਰੀ ਦੇ ਨਾਲ ਨਜਿੱਠਣ ਦੇ ਲਈ ਲਾਗੂ ਕੀਤੇ ਗਏ ਲਾਕਡਾਊਨ ਦੇ ਨਾਲ ਆਰਥਿਕ ਗਤੀਵਿਧੀਆਂ ਵੀ ਠੱਪ ਹੋ ਗਈਆਂ ਹਨ ਜਿਸ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਕਾਫੀ ਨੁਕਸਾਨ ਹੋ ਰਿਹਾ ਜੀ ਕ੍ਰੇਲੂ ਰੇਟਿੰਗ ਏਜੰਸੀ ਕ੍ਰਿਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਦੇ ਲਈ ਲਾਕਡਾਊਨ ਦੇ ਨਾਲ ਅਰਥ ਵਿਵਸਥਾ ਨੂੰ ਕੁੱਲ 10 ਲੱਖ ਕਰੋੜ ਰੁਪਏ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਆ ਜੀ 10 ਲੱਖ ਕਰੋੜ ਰੁਪਏ ਸੋ ਉਸ ਤੋਂ ਬਾਅਦ ਜੀ ਅਗਲੀ ਮਤਲਬ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਜੇ ਭਾਰਤ ਦੀ ਆਬਾਦੀ ਦੇ ਨਾਲ ਆਪਾਂ ਗੱਲ ਕਰੀਏ ਤਾਂ ਜੀ 70 7000 ਰੁਪਏ ਦਾ ਨੁਕਸਾਨ ਜਿਹੜਾ ਲੋਕਡਾਊਨ ਦੇ ਵਿੱਚ ਸਾਰਿਆਂ ਦਾ ਹੋ ਗਿਆ ਜੀ ਮੇਰਾ ਵੀ ਤੁਹਾਡਾ ਵੀ ਜਿੰਨੇ ਖਬਰਾਂ ਸੁਣ ਰਹੇ ਆ ਜਿੰਨੇ ਤੁਹਾਡੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਭਾਈ ਮਿੱਤਰ ਬੇਦੀ ਸਾਰੇ ਸਾਰਿਆਂ ਦਾ 7000 ਰੁਪਏ ਦਾ ਪ੍ਰਤੀ ਵਿਅਕਤੀ ਨੁਕਸਾਨ ਹੋ ਗਿਆ ਜੀ ਸੋ ਜੀ ਡੀ ਪੀ ਦੀ ਗੱਲ ਕਰੀਏ ਤਾਂ ਜੀ ਵਿਕਾਸ ਦਰ ਅਨੁਮਾਨ ਦੇ ਵਿੱਚ ਰੇਟਿੰਗ ਏਜੰਸੀਆਂ ਦੇ ਵੱਲੋਂ ਕੀਤੀ ਗਈ ਕਟੌਤੀ ਦਾ ਸਿਲਸਿਲਾ ਬੀਰ ਬਰਕਰਾਰ ਹੈ ਤੇ ਕ੍ਰਿਸਲ ਨੇ ਭਾਰਤ ਦੇ 2021 ਦੇ ਆਰਥਿਕ ਵਿਕਾਰ ਤੇ ਆਪਣੇ ਅਨੁਮਾਨ ਨੂੰ ਤਕਰੀਬ ਅੱਧਾ ਘੱਟ ਕਰਦੇ ਹੋਏ 1.8 ਫੀਸਦੀ ਦਰ ਕਰ ਦਿੱਤਾ ਸੋ ਇੱਥੇ ਸ਼੍ਰੋਤਿਆਂ ਵਾਲਾਸਤੇ ਖਬਰ ਆ ਜੀ ਕਿ ਤੁਹਾਨੂੰ ਵੀ ਸਿਰਫ 7000 ਦਾ ਹੀ ਨੁਕਸਾਨ ਹੋਇਆ ਜਾਂ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਗਿਆ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰੋ ਜੀ ਆਪਣੇ ਨਾਲ ਵੀ ਲਾਕਡਾਊਨ ਦੇ ਦੌਰਾਨ ਤੁਹਾਨੂੰ ਕਿੰਨਾ ਕੁ ਨੁਕਸਾਨ ਹੋਇਆ ਸੋ ਉਸ ਤੋਂ ਬਾਅਦ ਜੀ ਜੇ ਆਪਾਂ ਪਿਛਲੇ 29 ਸਾਲਾਂ ਤੇ ਨਿਗਾਹ ਮਾਰੀਏ ਤਾਂ ਇਹ ਸਭ ਤੋਂ ਘੱਟ ਵਾਦਾ ਹੋਵੇਗਾ ਜੀ ਕੇਂਦਰ ਸਰਕਾਰ ਨੇ ਹਾਲ ਹੀ ਦੇ ਵਿੱਚ ਕੋਵਿਡ-19 ਦੇ ਨਾਲ ਪ੍ਰਭਾਵਿਤ ਗਰੀਬ ਲੋਕਾਂ ਦੀ ਸਹਾਇਤਾ ਦੇ ਲਈ 1.70 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਜੀ ਸੋ ਇਸ ਪੈਕੇਜ ਦੀ ਗੱਲ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ ਕਿ ਇਹ ਪੈਸਾ ਪਹਿਲਾਂ ਤੋਂ ਹੀ ਦਿੱਤਾ ਜਾ ਰਿਹਾ ਹੈ ਇਹ ਨਵਾਂ ਨਹੀਂ ਸੋ ਜੇ ਤੁਹਾਨੂੰ ਵੀ ਪੈਸਾ ਮਿਲ ਗਿਆ ਤੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਜੇ ਨਹੀਂ ਮਿਲਿਆ ਤਾਂ ਵੀ ਲਿਖੋ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਜੀ ਰਾਹਤ ਦੀ ਸੋ 2 ਮਈ ਤੋਂ ਬਾਅਦ ਖਤਮ ਹੋ ਸਕਦਾ ਹੈ ਭਾਰਤ ਦੇ ਵਿੱਚ ਕਰੋਨਾ ਤੋਂ ਵੱਡੀ ਖਬਰ ਯੂਨੀਵਰਸਿਟੀ ਦੇ ਅਨੁਸਾਰ ਇਹ ਅੰਕੜੇ ਮਰੀਜ਼ ਦੇ ਠੀਕ ਹੋਣ ਅਤੇ ਸੰਕਰਮਿਤ ਹੋਣ ਦੇ ਆਧਾਰ ਤੇ ਹਨ ਯੂਨੀਵਰਸਿਟੀ ਨੇ ਲਗਭਗ ਸਾਰੇ ਦੇਸ਼ ਦੇ ਦੇਸ਼ਾਂ ਦੇ ਅੰਕੜਿਆਂ ਦੇ ਰਾਹੀਂ ਖੋਜ ਕੀਤੀ ਹੈ ਜਿੱਥੇ ਹੀ ਕਰੋਨਾ ਵਾਇਰਸ ਦੇ ਵਧੇਰੇ ਲਾਗ ਹੈ ਖਾਸ ਕਰਕੇ ਇਸ ਗੱਲ ਨੂੰ ਡਾਟਾ ਆਧਾਰਿਤ ਗ੍ਰਾਫ ਨੂੰ ਵੇਖਣ ਤੋਂ ਬਾਅਦ ਇਹ ਦਰਸਾਉਂਦਾ ਹੈ ਕਿ ਇਟਲੀ ਸਪੈਨ ਦੇ ਵਿੱਚ ਉਹ ਸਹੀ ਸਾਬਤ ਹੋ ਰਹੇ ਹਨ ਤੇ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਮਈ ਦੇ ਪਹਿਲੇ ਹਫਤੇ ਇਹ ਖਤਮ ਹੋ ਜਾਵੇਗਾ ਤੇ ਭਾਰਤ ਦੇ ਵਿੱਚ ਵੀ ਵਾਇਰਸ ਦੇ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਸੋ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ 28 29 ਅਤੇ 30 ਅਪ੍ਰੈਲ ਨੂੰ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਰੋਜ਼ ਮੁਜ਼ਾਹਰੇ ਕਰਨ ਦਾ ਐਲਾਨ ਤੇ ਚੰਡੀਗੜ੍ਹ ਤੋਂ ਬੁਰੀ ਖਬਰ ਦੀ ਸੈਕਟਰ ਦੇ ਵਿੱਚ 5 ਇੱਕੋ ਸੈਕਟਰ ਦੇ ਵਿੱਚ 5 ਨਵੇਂ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਪੋਜ਼ਿਟਿਵ ਹੋ ਗਈ ਹੈ ਜੀ ਤੇ ਲੌਕਡਾਊਨ ਖੁੱਲਣ ਤੋਂ ਬਾਅਦ ਪੰਜਾਬ ਨੂੰ ਦੁਜਣਾ ਪੈ ਸਕਦਾ ਹੈ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਦੇ ਨਾਲ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਡੇਢ ਮਹੀਨੇ ਤੋਂ ਦੇਸ਼ ਦੇ ਵਿੱਚ ਲਾਕਡਾਊਨ ਤੇ ਪੰਜਾਬ ਦੇ ਵਿੱਚ ਵੀ ਕਰਫਿਊ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਬਿਹਾਰ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਰਾਜਸਥਾਨ ਅਤੇ ਹੋਰ ਅਜਿਹੇ ਸੂਬਿਆਂ ਤੋਂ ਇੱਥੇ ਰੋਜ਼ੀ ਰੋਟੀ ਕਮਾਉਣ ਦੇ ਲਈ ਅਤੇ ਮਜ਼ਦੂਰੀ ਕਰਨ ਦੇ ਲਈ ਆਉਂਦੇ ਹਨ ਜੇਕਰ ਲਾਕਡਾਊਨ ਖੁੱਲ ਵੀ ਜਾਂਦਾ ਤੇ ਪੰਜਾਬ ਦੇ ਉਦਯੋਗਾਂ ਨੂੰ ਮਜ਼ਦੂਰਾਂ ਦੀ ਕਮੀ ਵਰਗੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇੰਨੀ ਜਲਦੀ ਇਹ ਵਾਪਸ ਨਹੀਂ ਆਉਣਗੇ ਮਜ਼ਦੂਰ ਤੇ ਉਹ ਪੰਜਾਬ ਆਉਣ ਬਾਰੇ ਵੀ ਨਹੀਂ ਸੋਚਣਗੇ ਕਿਉਂਕਿ ਉਹ ਲਾਕਡਾਊਨ ਤੋਂ ਬਹੁਤ ਤੰਗ ਆ ਚੁੱਕੇ ਹਨ ਤੇ ਜਿਹੜੇ ਪੰਜਾਬ ਦੇ ਵਿੱਚ ਫਸੇ ਹੋਏ ਹਨ ਸੋ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਨਾ ਤਾਂ ਉਹਨਾਂ ਨੂੰ ਰੋਟੀ ਮਿਲ ਰਹੀ ਹੈ ਜੀ ਤੇ ਨਾ ਹੀ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਦਿੱਤਾ ਜਾ ਰਿਹਾ ਹੈ ਜਿਹੜਾ ਉਹਨਾਂ ਨੂੰ ਦੁੱਖ ਝੱਲਣਾ ਪੈ ਰਿਹਾ ਤੇ ਇਹ ਸਭ ਸੁੰਨਾ ਤਾਂ ਬਹੁਤ ਸੌਖਾ ਪਰ ਜਿਸ ਨਾਲ ਬੀਤ ਰਿਹਾ ਹੈ ਉਸ ਦਾ ਦਰਦ ਉਹ ਵਕਤੀ ਖੁਦ ਜਾਣ ਸਕਦਾ ਹੋਰ ਕੋਈ ਨਹੀਂ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਦਰਦ ਜ਼ਰੂਰ ਲਿਖੋ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਅਮਰੀਕਾ ਦੇ ਵਿੱਚ 24 ਘੰਟੇ 'ਚ 1303 ਲੋਕਾਂ ਦੀ ਮੌਤ ਮ੍ਰਿਤਕਾਂ ਦੀ ਗਿਣਤੀ 56 ਹਜ਼ਾਰ ਦੇ ਪਾਰ ਤੇ ਪੰਜਾਬ ਦੇ ਵਿੱਚ ਕਰੋਨਾ ਦੀ ਗਿਣਤੀ ਹੋਈ 330 ਠੀਕ ਹੋਏ 98 ਲੋਕ ਤਾਲਾਬੰਦੀ ਖੁੱਲੇਗੀ ਜਾਂ ਹੋਰ ਵਧੇਗੀ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਹਨ ਤੇ ਕਬਰਾਟ ਵੀ ਵੱਧਦੀ ਜਾ ਰਹੀ ਆ ਤੇ ਹੁਣ ਕੇਂਦਰ ਅਤੇ ਹੁਣ ਕੇਂਦਰ ਤੇ ਸੂਬਾ ਸਰਕਾਰਾਂ ਤਾਲਾਬੰਦੀ ਚੋਂ ਬਾਹਰ ਆਉਣ ਦੀਆਂ ਤਰਕੀਬਾਂ ਲੱਭ ਰਹੀਆਂ ਹਨ ਤੇ ਹਰ ਘੰਟੇ ਲੱਗਦਾ ਹੈ ਜਿਵੇਂ ਨਵੀਂ ਨੀਤੀ ਬਣ ਰਹੀ ਹੋਵੇ ਪਰ ਇੱਕ ਪਲ ਫੈਸਲਾ ਕਰਦੇ ਹਨ ਕੀ ਦੁਕਾਨਾਂ ਖੁੱਲ ਰੀਆਂ ਹਨ ਤਾਂ ਦੂਜੇ ਪਾਸੇ ਫੈਸਲਾ ਵਾਪਸ ਵੀ ਲਿਆ ਜਾਂਦਾ ਹੈ ਪਹਿਲਾ ਬਿਆਨ ਆਉਂਦਾ ਕਿ ਮਾਲ ਖੁੱਲ ਰਹੇ ਹਨ ਫਿਰ ਮਾਲ ਜਦੋਂ ਖੁੱਲਣ ਲੱਗਦੇ ਹਨ ਤਾਂ ਆਰਿਆਂ ਦਾ ਬਿਆਨ ਆ ਜਾਂਦਾ ਹੈ ਕਿ ਮਾਲ ਨਹੀਂ ਖੁੱਲ ਰਹੇ ਅੱਜ ਇਹ ਹੀ ਨਹੀਂ ਪਤਾ ਲੱਗਾ ਕਿ ਅਗਲੇ ਪਲ ਕੀ ਨੀਤੀ ਆਉਣ ਵਾਲੀ ਆ ਪਰ ਕਸੂਰ ਸਰਕਾਰਾਂ ਦਾ ਵੀ ਨਹੀਂ ਤੇ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਇਸ جنگ ਦੇ ਨਾਲ ਨਜਿੱਠਿਆ ਜਾਵੇ ਅਫਸੋਸ ਸਾਡੇ ਆਗੂ ਅਜਿਹੇ ਲੋਕ ਹਨ ਜੋ ਜਾਣੇ ਪਹਿਚਾਣੇ ਦੁਸ਼ਮਣਾਂ ਦੇ ਨਾਲ ਵੀ ਨਹੀਂ ਲੜ ਸਕਦੇ ਉਹ ਵਿਚਾਰੇ ਤਾਂ ਇਸ ਦੁਨੀਆ ਦੀ ਸਭ ਤੋਂ ਵੱਡੀ ਆਫਤ ਦੇ ਨਾਲ ਕਿਸ ਤਰ੍ਹਾਂ ਨਜਿੱਠਣਗੇ ਤੇ ਅੱਜ ਭਾਰਤ ਦੇ ਵਿੱਚ ਤਾਲਾਬੰਦੀ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਹੁਣ ਸਰਕਾਰਾਂ ਦੇ ਸਾਹਮਣੇ ਸਵਾਲ ਇਹ ਹੈ ਕਿ ਮਰੀਜ਼ਾਂ ਦੇ ਨਾਲ-ਨਾਲ ਅਰਥਚਾਰੇ ਨੂੰ ਵੀ ਕਿਸ ਤਰ੍ਹਾਂ ਬਚਾਇਆ ਜਾਵੇ ਜੇ ਹੋਰ ਦੇਰ ਹੋ ਗਈ ਤਾਂ ਕਰੋਨਾ ਤੋਂ ਪਹਿਲਾਂ ਭਾਰਤ ਦੇ ਵਿੱਚ ਭੁੱਖਮਰੀ ਦੇ ਨਾਲ ਲੋਕਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਇਸ ਤੇ ਤੁਸੀਂ ਆਪਣੀ ਟਿੱਪਣੀ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੇਣੀ ਜੀ ਇਸ ਖਬਰ ਦੇ ਉੱਪਰ ਸੋ ਅਗਲੀ ਖਬਰ ਆ ਰਹੀ ਹੈ ਜੀ 3 ਮਈ ਤੋਂ ਬਾਅਦ ਸਕੂਲ ਮਾਲ ਪਬਲਿਕ ਟਰਾਂਸਪੋਰਟ ਬੰਦ ਰਹਿ ਸਕਦੀ ਹੈ ਜੀ ਅਗਲੇ ਹਫਤੇ ਲਿਆ ਜਾਵੇਗਾ ਫੈਸਲਾ ਸੋ ਵੱਡੀ ਖਬਰ ਆ ਰਹੀ ਹੈ ਜੀ ਇਸ ਵੇਲੇ ਕਿ ਵਾਇਰਸ ਦੁਆਰਾ ਲਾਗ ਦੇ ਫੈਲਣ ਨੂੰ ਰੋਕਣ ਦੇ ਲਈ 3 ਮਈ ਤੱਕ ਲਾਗੂ ਕੀਤੇ ਗਏ ਕਰਫਿਊ ਦੌਰਾਨ ਤਾਲਾਬੰਦੀ ਤੋਂ ਬਾਅਦ ਵੀ ਵਿਦਿਅਕ ਸੰਸਥਾਵਾਂ ਸ਼ਾਪਿੰਗ ਮਾਲ ਧਾਰਮਿਕ ਸਥਾਨ ਅਤੇ ਜਨਤਕ ਆਵਾਜਾਈ ਬੰਦ ਰਹਿਣ ਦੀ ਸੰਭਾਵਨਾ ਸੋ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਆ ਜੀ ਤੇ ਅਮੀਰਾਂ ਦੇ ਟੈਕਸ ਵਧਾਉਣ ਦਾ ਸੁਝਾਅ ਦੇਵਣ ਵਾਲੇ ਅਫਸਰ ਤੇ ਡਿੱਗਾ ਨਜ਼ਲਾ ਤਿੰਨਾਂ ਨੂੰ ਅਹੁਦੇ ਤੋਂ ਹਟਾਇਆ ਤੇ ਮੈਂ ਵਿੱਤ ਮੰਤਰਾਲੇ ਦੇ مالیਆ ਵਿਭਾਗ ਦੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ مالیਆ ਅਧਿਕਾਰੀਆਂ ਨੇ ਸੰਗਠਨ ਨੇ ਸਰਕਾਰ ਨੂੰ ਅਮੀਰਾਂ ਤੇ ਜ਼ਿਆਦਾ ਟੈਕਸ ਲਾਉਣ ਦਾ ਸੁਝਾਅ ਦਿੱਤਾ ਸੀ ਜਿਸ ਦੇ ਵਿੱਚ ਅਮੀਰਾਂ ਤੋਂ ਜ਼ਿਆਦਾ ਟੈਕਸ ਵਸੂਲਣ ਦੇ ਨਾਲ-ਨਾਲ ਕੋਵਿਡ-19 ਦੇ ਨਾਲ ਨਜਿੱਠਣ ਦੇ ਲਈ ਟੈਕਸ ਲਾਉਣ ਦਾ ਵੀ ਸੁਝਾਅ ਦਿੱਤਾ ਗਿਆ ਸੀ ਸੋ ਦੋਸਤੋ ਇਹ ਸਾਂਜੀ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਤੁਸੀਂ ਵੀ ਸਾਨੂੰ ਆਪਣੇ ਸੁਝਾਅ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਉਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਹੀ ਰੀਅਲ ਸਟੀਕ ਇਨਫੋਰਮੇਸ਼ਨ ਮਿਲ ਸਕੇ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਲੀ ਵੀਡੀਓ ਸ਼ਾਮ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਕਰੋ ਇੰਤਜ਼ਾਰ ਸਤਿ ਸ਼੍ਰੀ ਅਕਾਲ